ਆਪਣੇ ਪੰਜਾਬੀ ਵਲੌਗਰਸ ਨੂੰ ਉਹਦੀ ਆਪਣੀ ਕਮਿਊਨਿਟੀ ਨੂੰ ਨੀਚੇ ਡੇਗ ਰਹੇ ਹੋ ਕ੍ਰਿਟਿਸਾਈਜ਼ ਕਰਨਾ ਹੁੰਦਾ ਇੱਕ ਲਿਮਿਟ ਹੁੰਦੀ ਆ ਹਣਾ 1.5 ਲੱਖ ਡਾਲਰ ਦੀ ਚਿੰਨਰ ਦੀ ਰਾਈਟ ਓਏ ਕਿਊਟ ਆ ਬੁੱਤਾ ਗਿਆ ਕਿੰਨਾ ਕਿਊਟ ਲੱਗ ਰਿਹਾ ਕਿਨੂੰ ਤੂੰ ਬਹੁਤ ਜ਼ਿਆਦਾ ਠੰਡਾ ਬਹੁਤ ਜ਼ਿਆਦਾ ਕਿਊਟ ਕਿੰਨਾ ਲੱਗ ਰਿਹਾ ਰਿਕਾਰਡ ਮੈਂ ਕੈਪ ਲਿਆ ਇੰਜ ਮੈਂ ਮਰ ਜਾਂਦੀ ਨਹੀਂ ਤਾਂ ਇੰਨੀ ਜ਼ਿਆਦਾ ਠੰਡਾ ਕੀ ਲੈ ਕੇ ਆਏ ਕਾਫੀ ਟੈਸਲਾ ਮਾਡਲ 3 ਵੇਲੇ ਵੀ ਗੱਡੀਆਂ ਦੇਖੀਆਂ ਸੀ ਉਦੋਂ ਅਸੀਂ ਟੈਸਟ ਡਰਾਈਵ ਲੈਣੀ ਆ ਉਹ ਕਹਿੰਦੇ ਕਿਹੜੀ ਗੱਡੀ ਦੀ ਲੈਣੀ ਆ ਮੈਂ ਜਿੰਨੀਆਂ ਵੀ ਤੁਹਾਡੇ 7 ਸੀਟਰ ਟੈਸਟ ਡਰਾਈਵ ਲੈਣੀ ਆ ਉਹ ਕਹਿੰਦੇ ਕਿਹੜੀ ਗੱਡੀ ਦੀ ਲੈਣੀ ਆ ਮੈਂ ਜਿੰਨੀਆਂ ਵੀ ਤੁ
ਸੀਗੀਆਂ ਤੇ ਟੈਸਲਾ ਮਾਡਲ ਵਾਈ ਲੈ ਲਈ ਜਦੋਂ ਲੈਣੀ ਸੀਗੀ ਹਨਾ ਹੁਣ 7 ਸੀਟਰ ਗੱਡੀਆਂ ਦਾ ਮੈਨੂੰ ਆਈਡੀਆ ਨਹੀਂ ਹੈਗਾ ਮੈਂ ਕੱਲੀ ਕਲੂਗਰ ਚਲਾਈ ਹੋਈ ਆ 7 ਸੀਟਰ ਤੇ ਹੁਣ ਮੈਂ ਟੈਸਟ ਡਰਾਈਵ ਲੈ ਕੇ ਦੇਖੂੰਗਾ ਨਾ ਮੈਨੇ ਕਿਹੜੀ ਗੱਡੀ ਲੈਣੀ ਆ ਮੈਂ ਇਦਾਂ ਹੀ ਥੋੜੀ ਨਾ ਡਿਸਾਈਡ ਕਰ ਲੂੰਗਾ ਵੀ ਮੈਨੇ ਕਿਹੜੀ ਗੱਡੀ ਲੈਣੀ ਆ ਹੁਣ ਜੇ ਮੇਰੀ ਜੌਬ ਹੁੰਦੀ 5 ਦਿਨ ਹਨਾ ਜਾਂ 6 ਦਿਨ ਜੌਬ ਹੁੰਦੀ 1 ਦਿਨ ਵਿਹਲਾ ਹੁੰਦਾ ਫਿਰ ਮੈਂ ਘਰੇ ਬਹਿ ਕੇ ਰਿਵਿਊ ਦੇਖਦਾ ਸਾਰੀਆਂ ਗੱਡੀਆਂ ਦੇ ਉਹੀ ਕੰਮ ਅਸੀਂ ਕਰ ਰਹੇ ਆ ਅਸੀਂ ਓਨੈਸਟ ਰਿਵਿਊ ਵੀ ਦੇ ਰਹੇ ਆ ਅਸੀਂ ਗੱਡੀ ਵੀ ਬਾਏ ਕਰ ਰਹੇ ਨਾਲੇ ਜਿਨ੍ਹਾਂ ਨੂੰ ਵਿਚਾਰੇ ਨੂੰ ਨਹੀਂ ਪਤਾ ਉਹਨਾਂ ਦੀ ਹੈਲਪ ਹੋ ਜਾਂਦੀ ਆ ਉਹ ਗੋਲਡ ਕੋਸਟ ਤੋਂ ਵੀਰਾ ਸੀਗਾ ਇੱਕ ਵਾਰ ਸਾਡੇ ਲਈ ਸਮੋਸੇ ਵੀ ਲੈ ਕੇ ਆਇਆ ਸੀਗਾ ਉਹ ਬੜੇ ਸਵੀਟ ਸੀਗੇ ਵੀਡੀਓ 'ਚ ਦਿਖਾਇਆ ਸੀਗਾ ਉਸ ਸਮਾਂ ਤਾਂ ਉਹ ਵੀਰੇ ਨੇ ਵੀ ਸਾਡੀ ਹੈਲਪ ਕੀਤੀ ਆ ਵੀਰਾ ਕਹਿੰਦਾ ਤੁਸੀਂ ਕਹਿੰਦਾ ਚਾਈਨੀਜ਼ ਜਾਂ ਮਹਿੰਦਰਾ ਗੱਡੀ ਨਾ ਲਿਓ ਤੁਸੀਂ ਜੈਪਨੀਜ਼ ਗੱਡੀ ਲਿਓ ਬੈਸਟ ਗੱਡੀਆਂ ਨੇ ਜੈਪਨੀਜ਼ 'ਚ ਟੋਇਟਾ ਲੈਕਸਸ ਹਾਂ ਟੋਇਟਾ ਲੈਕਸਸ ਤੇ ਮਾਜ਼ਦਾ ਹੌਂਡਾ ਇਹ ਸਾਰੀਆਂ ਗੱਡੀਆਂ ਆ ਜਾਂਦੀਆਂ ਹੌਂਡਾ ਦਾ ਨਹੀਂ ਮੈਨੂੰ ਪਤਾ ਹੈ ਆਉਂਦੀ ਹੈ ਕਿ ਨਹੀਂ ਪਰ ਕਾਫੀ ਬ੍ਰਾਂਡਸ ਆ ਜਾਂਦੇ ਨੇ ਤੁਸੀਂ ਸਰਚ ਕਰੋਗੇ ਨਾ ਜੈਪਨੀਜ਼ ਬ੍ਰਾਂਡ 'ਚ ਕਿਹੜੇ ਕਿਹੜੇ ਆ ਕਹਿੰਦੇ ਜੈਪਨੀਜ਼ ਬ੍ਰਾਂਡ ਦੀਆਂ ਗੁੱਡ ਗੱਡੀਆਂ ਨੇ ਹਨਾ ਵੀ ਇਹਨਾਂ ਦੀ ਵਧੀਆ ਇਹਨਾਂ ਦੀ ਰੀਸੇਲ ਵੈਲਿਊ ਵੀ ਵਧੀਆ ਤੋ ਗਾਇਸ ਜੇ ਤਾਂ ਮੈਂ ਗੱਡੀ ਵਾਲਿਆਂ ਤੋਂ ਜਿੰਨੇ ਵੀ ਬ੍ਰਾਂਡਸ ਨੇ ਇਹਨਾਂ ਤੋਂ ਪੈਸੇ ਲਊਂਗਾ ਹਨਾ ਰਿਵਿਊ ਦੇਣ ਦੇ ਹਨਾ ਜਿਵੇਂ ਕਿ ਕਾਫੀ ਚੈਨਲ ਹੁੰਦੇ ਨੇ ਹਨਾ ਗੱਡੀਆਂ ਦੇ ਰਿਵਿਊ ਤੇ ਉਹਨਾਂ ਨੂੰ ਪੈਸੇ ਆਉਂਦੇ ਨੇ ਉਹ ਨਹੀਂ ਓਨੈਸਟ ਰਿਵਿਊ ਦੇ ਸਕਦੇ ਉਹਨਾਂ ਦੀ ਵੀ ਮਜਬੂਰੀ ਆ ਉਹਨਾਂ ਦਾ ਕੰਮ ਆ ਉਹਨਾਂ ਦੀ ਜੌਬ ਆ ਹੁਣ ਅਸੀਂ ਗੱਡੀ ਦੇਖ ਰਹੇ ਹਾਂ ਅਸੀਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਕੁਝ ਹੋਰ ਨਹੀਂ ਕਰ ਰਹੇ ਅਸੀਂ ਓਨੈਸਟ ਰਿਵਿਊ ਦੇ ਸਕਦੇ ਹਾਂ ਹਨਾ ਵੀ ਇੱਦਾਂ ਗੱਡੀ ਸਾਨੂੰ ਇਹ ਨਹੀਂ ਸਹੀ ਲੱਗੀ ਤੇ ਜਿਵੇਂ ਹਨਾ ਉਹ ਵੀਰੇ ਨੇ ਦੇਖਿਆ ਹਨਾ ਵੀ ਇਹ ਗੱਡੀਆਂ ਇਹ ਸਹੀ ਨਹੀਂ ਦੇਖ ਰਹੇ ਆਹ ਵਾਲੀਆਂ ਦੇਖੋ ਹਨਾ ਉਹਦੇ ਨਾਲ ਇੱਕ ਦੂਜੇ ਦੀ ਹੈਲਪ ਹੋ ਜਾਂਦੀ ਆ ਇਸ 'ਚ ਤਾਂ ਕੋਈ ਚੱਕਰ ਨਹੀਂ ਬਾਕੀ ਸਾਡੀ ਡੇਲੀ ਵਲੋਗਿੰਗ ਦੀ ਲਾਈਫ ਆ ਅਸੀਂ ਜੋ ਕਰ ਰਹੇ ਤੁਹਾਨੂੰ ਉਹੀ ਦਿਖਾਵਾਂਗੇ ਆਪਣੀ ਜਿਹੜੀ ਕਮਿਊਨਿਟੀ ਹੈ ਨਾ ਇਹ ਕਦੇ ਕਿਸੇ ਗੱਲ 'ਚ ਸੈਟੀਸਫਾਈ ਨਹੀਂ ਹੋ ਸਕਦੀ ਜਦੋਂ ਅਸੀਂ ਵਲੋਗਿੰਗ ਸਟਾਰਟ ਕੀਤੀ ਸੀਗੀ ਲੋਕ ਕਹਿੰਦੇ ਸੀਗੇ ਘਰ ਵਾਲੇ ਨੂੰ ਦਿਖਾ ਕੇ ਪੈਸੇ ਕਮਾਉਣ ਦਾ ਫਿਰ ਮੰਮੀ ਡੈਡੀ ਆ ਗਏ ਮੰਮੀ ਡੈਡੀ ਉਹਨਾਂ ਦੇ ਸਿਰ ਤੇ ਖਾਂਦੇ ਨੇ ਇਹ ਉਹਨਾਂ ਦੇ ਸਿਰ ਤੇ ਪੈਸੇ ਕਮਾਉਂਦੇ ਨੇ ਬਚਪਨ 'ਚ ਵੀ ਖਾਂਦੇ ਸੀ ਫਿਰ ਕੀ ਹੋ ਗਿਆ ਵੱਡਾ ਹੋ ਕੇ ਮੈਂ ਤਾਂ ਐਂਡ ਤੱਕ ਵੀ ਖਾਊਂ ਉਹਨਾਂ ਦੇ ਸਿਰ ਤੇ ਵੀ ਇਸ 'ਚ ਤਾਂ ਕੋਈ ਇਸ਼ੂ ਨਹੀਂ ਪਹਿਲਾਂ ਸਟਾਰਟਿੰਗ 'ਚ ਮਾਡਲ 3 ਲੈਣੀ ਸੀ ਉਦੋਂ ਵੀ ਲੋਕਾਂ ਨੇ ਬਹੁਤ ਕਿਹਾ ਸੀ ਨਾ ਨੇ ਲੈਣੀ ਲੂਣੀ ਹੈ ਨਹੀਂ ਦੇਖ ਕੇ ਸਾਥ ਲੈ ਲਈ ਨਾ ਮਾਡਲ 3 ਉਸ ਤੋਂ ਬਾਅਦ ਹੁਣ ਮਾਡਲ ਵਾਈ ਵੀ ਲੈ ਲਈ ਜਦੋਂ ਦਿਲ ਕੀਤਾ ਕਈ ਵਾਰ ਆਪਾਂ ਕਹਿ ਦਿੰਦੇ ਅਸੀਂ ਤਾਂ ਗੱਡੀ ਲੈਣੀ ਆ ਬਾਅਦ ਤੁਸੀਂ ਲੈਂਦੇ ਨਹੀਂ ਉਹ ਗੱਡੀ ਕਿਉਂਕਿ ਤੁਹਾਡਾ ਮਨ ਬਦਲ ਜਾਂਦਾ ਵੀ ਨਹੀਂ ਯਾਰ ਲੈਣੀ ਮੈਂ ਤਾਂ ਵੀ ਤੁਹਾਨੂੰ ਕੋਈ ਜੱਜ ਕਰਨ ਵਾਲਾ ਨਹੀਂ ਹੁੰਦਾ ਨਾ ਮੈਂ ਤਾਂ ਸਟਿਲ ਤੁਹਾਨੂੰ ਕਹਿ ਰਿਹਾ ਵੀ ਮੈਂ ਗੱਡੀ ਲੈਣੀ ਹੈ ਤਾਂ ਮੈਂ ਲਊਂਗਾ ਪੂਰੇ ਵਾਲੇ ਜਿਹੜੇ ਬੋਰ ਨੇ ਉਹ ਪੰਜਾਬੀ ਜਾਂ ਹਿੰਦੀ ਯੂਟਿਊਬਰਸ ਨਹੀਂ ਦੇਖਦੇ ਉਹ ਦੇਖਦੇ ਆ ਗੋਰੀਆਂ ਦੇ ਵੀਡੀਓਸ ਹਨਾ ਤੇ ਮੈਂ ਅਸੀਂ ਗੋਰੀਆਂ ਦੇ ਚੈਨਲ ਦੇਖਦੇ ਹੁੰਦੇ ਆ ਤੇ ਮੈਂ ਐ ਸੋਚਦੀ ਆ ਅੰਜੂ ਵੀ ਜੇ ਇਹ ਕੁਝ ਆਪਾਂ ਕਰਨ ਲੱਗੇ ਇਹਨਾਂ ਨੂੰ ਕੋਈ ਜੱਜ ਨਹੀਂ ਕਰਦਾ ਕਿਉਂਕਿ ਉਹ ਇੰਨਾ ਕੁਝ ਫੇਕ ਕਰਦੇ ਆ ਮਤਲਬ ਕਿ ਉਹ ਫੇਕ ਹੀ ਆਪਣੇ ਘਰੇ ਫਲੱਡ ਆ ਜਾਂਦਾ ਉਹਨਾਂ ਦੇ ਫੇਕ ਹੀ ਹਨਾ ਸਾਰਾ ਕੁਝ ਫੇਕ ਕਰਦੇ ਆ ਬਟ ਸਟਿਲ ਬਟ ਉਹਨਾਂ ਨੂੰ ਕੋਈ ਜੱਜ ਨਹੀਂ ਕਰਦਾ ਕੋਈ ਜੱਜ ਨਹੀਂ ਕਰਦਾ ਬਟ ਬਟ ਵਧੀਆ ਗੱਲ ਵੀ ਆ ਜੱਜ ਕਰਨਾ ਵੀ ਨਹੀਂ ਚਾਹੀਦਾ ਉਹ ਤੁਸੀਂ ਉਹ ਐਂਟਰਟੇਨਮੈਂਟ ਲਈ ਵੀਡੀਓ ਬਣਾਉਂਦੇ ਨੇ ਤੁਸੀਂ ਐਂਟਰਟੇਨਮੈਂਟ ਲਈ ਦੇਖਦੇ ਹੋ ਆਪਣੀ ਕਮਿਊਨਿਟੀ 'ਚ ਇੰਨਾ ਲੋਕ ਪਿੱਛੇ ਪੈਂਦੇ ਆ ਕੁਝ ਮਤਲਬ ਗਾਇਜ਼ ਗੈਟ ਅ ਲਾਈਫ ਕਿਸੇ ਦੀ ਸਾਰਿਆਂ ਦੀ ਆਪਣੀ ਲਾਈਫ ਆ ਠੀਕ ਆ ਕ੍ਰਿਟਿਸਾਈਜ਼ ਕਰਨਾ ਹੁੰਦਾ ਇੱਕ ਲਿਮਿਟ ਹੁੰਦੀ ਆ ਹਨਾ ਚਲ ਤੁਹਾਨੂੰ ਹੱਕ ਆ ਅਸੀਂ ਆਪਣੀ ਲਾਈਫ ਪੂਰੀ ਦੁਨੀਆ ਦੇ ਸਾਹਮਣੇ ਰੱਖੀ ਆ ਠੀਕ ਆ ਤੁਸੀਂ ਕਹਿ ਸਕਦੇ ਹੋ ਬਟ ਇੱਕ ਕੋਈ ਸੈਂਸ ਹੁੰਦੀ ਆ ਹਨਾ ਬਟ ਆਪਣੇ ਤਾਂ ਇੰਨਾ ਭੈੜਾ ਬੋਲਦੇ ਆ ਲਾਈਕ ਕੋਈ ਸੈਂਸ ਹੀ ਨਹੀਂ ਮਤਲਬ ਪਤਾ ਨਹੀਂ ਕੀ ਸਿੱਖਦੇ ਆਪਣੇ ਘਰੋਂ ਆਪਣੇ ਪੰਜਾਬੀ ਵਲੌਗਰਸ ਨਾ ਯਾਰ ਸਾਰੇ ਬਹੁਤ ਵਧੀਆ ਨੇ ਬਹੁਤ ਵਧੀਆ ਵਲੌਗਿੰਗ ਕਰਦੇ ਆ ਤੇ ਬਹੁਤ ਵਧੀਆ ਫੈਮਿਲੀ 'ਚ ਬਹਿ ਕੇ ਦੇਖਣ ਵਾਲੀ ਵਲੌਗਿੰਗ ਕਰਦੇ ਆ ਕੱਲ ਨੂੰ ਕੋਈ ਹਿੰਦੀ 'ਚ ਵਲੌਗ ਬਣਾਉਣ ਲੱਗ ਗਿਆ ਫਿਰ ਤੁਸੀਂ ਕਹੋਗੇ ਵੀ ਹਾਂ ਇਹ ਹਿੰਦੀ 'ਚ ਵਲੌਗ ਬਣਾਉਣ ਲੱਗ ਗਏ ਤੁਸੀਂ ਖੁਦ ਹੀ ਆਪਣੇ ਆਪ ਨੂੰ ਨੀਚੇ ਡੇਗ ਰਹੇ ਹੋ ਤੁਸੀਂ ਖੁਦ ਹੀ ਆਪਣੀ ਕਮਿਊਨਿਟੀ ਨੂੰ ਨੀਚੇ ਡੇਗ ਰਹੇ ਹੋ ਯੂਟਿਊਬਰ ਚਲੋ ਯੂਟਿਊਬ ਇਹ ਸਾਰਾ ਕੁਝ ਛੱਡੋ ਪਰ ਨਾ ਮੈਂ ਅਸੀਂ ਜਿਵੇਂ ਹੁਣ ਗਏ ਸੀਗੇ ਇੰਡੀਆ ਰੀਸੈਂਟ ਟ੍ਰਿਪ ਸੀਗਾ ਜਿਹੜਾ ਅਸੀਂ ਕਾਫੀ ਗੁਰਦੁਆਰਾ ਸਾਹਿਬ ਗਏ ਸੀ ਹਜੂਰ ਸਾਹਿਬ ਗਏ ਸੀ ਉੱਥੇ ਕਾਫੀ ਗੁਰਦੁਆਰੇ ਸੀਗੇ ਹਨਾ ਤੇ ਅੰਮ੍ਰਿਤਸਰ ਹਰ ਵਾਰੀ ਜਾਂਦੇ ਹੀ ਆ ਜਦੋਂ ਵੀ ਜਾਂਦੇ ਆ ਤੇ ਮੈਂ ਨਾ ਬਹੁਤ ਹਰਟ ਹੋਈ ਉਹ ਇੱਕ ਗੱਲ ਦੇਖ ਕੇ ਸਾਰੇ ਕਿਤੇ ਕਿ ਜਿਹੜੇ ਉੱਥੇ ਬਾਬੇ ਹੁੰਦੇ ਆ ਸੇਵਾ ਕਰਨ ਵਾਲੇ
ਉਹ ਇੰਨੇ ਕੁ ਜ਼ਿਆਦਾ ਰੂਡ ਹੁੰਦੇ ਨੇ। ਬਾਣੀ ਚ ਕਿਹਾ ਹੋਇਆ ਵੀ ਨਿਮਰਤਾ ਨਾਲ ਰਹੋ ਹਨਾ, ਪਰ ਬਿਨਾਂ ਗੱਲੋਂ ਤੁਸੀਂ ਇੰਨਾ ਰੂਡ ਹੋ ਕੇ ਕਿਸੇ ਨੂੰ, ਆਪਣੀ ਕਮਿਊਨਿਟੀ ਤਾਂ ਜਾਂਦੀ ਆ ਪੰਜਾਬੀ ਸਿੱਖ ਜਾਂਦੇ ਨੇ, ਪਰ ਜੇ ਦੂਜੇ ਕਿਸੇ ਧਰਮ ਤੋਂ ਲੋਕ ਆ ਰਹੇ ਨੇ ਹਨਾ, ਤੁਸੀਂ ਉਹਨਾਂ ਨਾਲ ਵੀ ਇੰਨਾ ਰੂਡ ਰਹੋਗੇ ਤਾਂ ਕੌਣ ਆਊਗਾ। ਮੈਨੂੰ ਬਹੁਤ ਬੁਰਾ ਲੱਗਿਆ ਇੱਦਾਂ ਦੇਖ ਕੇ ਕਿ ਇੰਨੇ ਰੂਡ ਬਿਹੇਵ ਕਰਦੇ ਆ ਉਹ ਬਿਨਾਂ ਕਿਸੇ ਗੱਲ ਤੋਂ। ਹਰ ਇੱਕ ਨਹੀਂ, ਐਵੇਂ ਤਾਂ ਬਹੁਤ ਵਧੀਆ ਵੀ ਹੁੰਦੇ ਆ, ਬਟ ਜਿਹੜੀ ਚੀਜ਼ ਮੈਂ ਨਾ ਇਸ ਵਾਰੀ ਬਹੁਤ ਨੋਟ ਕੀਤੀ, ਬਹੁਤ ਮੇਰੀ ਅੱਖਾਂ ਅੱਗੇ ਆਈ ਇਹ ਚੀਜ਼, ਏਦਾਂ ਆਪਣੀ ਕਮਿਊਨਿਟੀ ਹੀ ਡਾਊਨ ਜਾਂਦੀ ਆ। ਸੋ ਗਾਇਸ, ਜਿਵੇਂ ਆਪਾਂ ਸਿੱਖ ਕਮਿਊਨਿਟੀ ਨੇ ਆਪਣੇ ਤਾਂ ਗੁਰਦੁਆਰਾ ਸਾਹਿਬ ਜਾਣੀ ਜਾਣਾ ਹਨਾ, ਕੋਈ ਕਿੱਦਾਂ ਦਾ ਵੀ ਬੋਲੇ ਹਨਾ, ਕਿਉਂਕਿ ਆਪਣਾ ਰਿਲੀਜਨ ਆਪਾਂ ਨੇ ਮੱਥਾ ਟੇਕਣਾ ਤੇ, ਬਟ ਜੇ ਕੋਈ ਦੂਸਰੀ ਕਮਿਊਨਿਟੀ ਨੂੰ ਕੋਈ ਬਹੁਤ ਜ਼ਿਆਦਾ ਰੂਡ ਬੋਲਦਾ ਯਾਰ, ਉਹ ਦੁਬਾਰੇ ਥੋੜੀ ਨਾ ਆਊਗਾ ਗੁਰਦੁਆਰਾ ਸਾਹਿਬ ਮੱਥਾ ਟੇਕਣ, ਤੇ ਆਪਾਂ ਲੋਕਾਂ ਨੂੰ ਖੁਦ ਹੀ ਦੂਰ ਕਰਦੇ ਹਾਂ। ਆਪਦੀ ਮੰਮੀ ਬੱਚੇ ਨੂੰ ਅੰਦਰ ਲਿਆ ਰਹੀ ਆ, ਉਹਦਾ ਵਿਚਾਰੇ ਦਾ ਛੋਟਾ ਬੱਚਾ ਸਿਰ ਨੀ ਟਕਾਇਆ, ਛਟਕਾਓ ਬਿਹੇਵੀਅਰ ਹੁੰਦਾ ਨਾ, ਤਾਂ ਬੱਚੇ ਨਾ ਫਿਰ ਐਵੇਂ ਕਹਿੰਦੇ ਨੇ ਵੀ ਨਹੀਂ ਅਸੀਂ ਜਾਣਾ ਨੀ, ਹਾਂ ਤਾਂ ਫਿਰ ਫਿਊਚਰ ਕੀ ਹੋਊਗਾ। ਸਹੀ ਆ, ਸਹੀ ਗੱਲ ਆ, ਬੱਚਿਆਂ ਦੇ ਦਿਲ ਚ ਇਹ ਚੱਲ ਜਾਂਦਾ ਵੀ ਹਾਂ ਵੀ ਬਾਬੇ ਉੱਥੇ ਗੰਦਾ ਬੋਲਦੇ ਆ, ਅਸੀਂ ਉੱਥੇ ਨੀ ਜਾਣਾ। ਸਾਰੇ ਕਹਿ ਦਿੰਦੇ ਆ ਨਾ ਪੈਸੇ ਕਮਾਉਣ ਪਿੱਛੇ ਕੀ ਕੁਛ ਕਰ ਰਹੇ ਨੇ, ਪੈਸੇ ਕਮਾਉਣ ਦੀ ਗੱਲ ਹੁੰਦੀ ਤਾਂ ਅਸੀਂ ਬਹੁਤ ਕਮਾ ਲੈਂਦੇ। ਕਿਰਤ ਨੂੰ ਕੱਲੀ ਨੂੰ ਮਾਡਲਿੰਗ ਆਈ ਸੀਗੀ, ਇੱਕ ਦੋ ਤਿੰਨ ਮੂਵੀਜ਼ ਚ ਵੀ ਆਈ ਸੀਗੀ, ਇੱਕ ਸਾਊਥ ਇੰਡੀਅਨ ਮੂਵੀ ਚ ਵੀ ਆਈ ਸੀਗੀ, ਤੇ ਇਹਨੂੰ ਗਾਣੇ ਵੀ ਕਾਫੀ ਆਉਂਦੇ ਆ, ਬਟ ਇਹ ਕਰਦੀ ਨੀ। ਇਹ ਕਹਿੰਦੀ ਇੰਦਰ ਜੋ ਮੈਂ ਕਰਨਾ ਹਨਾ ਤੂੰ ਕੰਮ ਕਰਨਾ, ਮੈਂ ਤੁਹਾਡੇ ਨਾਲ ਕਰਨਾ, ਜੇ ਪੈਸੇ ਪਿੱਛੇ ਭੱਜਣਾ ਹੁੰਦਾ ਇਹ ਕਰ ਲੈਂਦੀ, ਕਿਸੇ ਹੋਰ ਨਾਲ ਮਾਡਲਿੰਗ ਕਰ ਲੈਂਦੀ। ਵਧੀਆ ਪਰਿਵਾਰ ਚੋਂ ਆਏ ਆ, ਵਧੀਆ ਪਰਿਵਾਰ ਚ ਰਹਿੰਦੇ ਆ, ਵਧੀਆ ਖਾਣੇ ਪੀਨੇ ਆ, ਸਾਰਾ ਕੁਛ ਵਧੀਆ। ਮੇਰਾ ਮਨ ਸੀ, ਮੇਰਾ ਡ੍ਰੀਮ ਸੀ ਯੂਟਿਊਬਰ ਬਣਨਾ, ਤੇ ਇੰਦਰ ਨੇ ਮੇਰਾ ਸਾਥ ਦਿੱਤਾ ਆ, ਤੇ ਆਮ ਵੈਰੀ ਗਲੈਡ, ਥੈਂਕ ਯੂ ਫਾਰ ਐਵਰੀਥਿੰਗ। ਬਸ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਪਿੱਛੇ ਇੰਨੀ ਨੈਗੇਟਿਵਿਟੀ ਵੀ ਆਉਂਦੀ ਆ। ਹੁਣ ਤਾਂ ਉਹ ਪੜਾਵ ਪਾਰ ਕਰ ਲਿਆ, ਨੈਗੇਟਿਵਿਟੀ ਸਾਰਾ ਕੁਛ ਦੇਖ ਦੁਖ ਕੇ, ਹੁਣ ਤਾਂ ਕੀ ਕਹਿੰਦੇ ਨੇ ਇੰਨਾ ਪਿਆਰ ਮਿਲਦਾ ਜਿਹੜਾ, ਉਹੀ ਮੋਟੀਵੇਸ਼ਨ ਆ। ਕਿਰਤ ਨੂੰ ਹਜੇ ਥੋੜੀ ਠੇਸ ਪਹੁੰਚੀ ਸੀਗੀ ਇਹ ਚੀਜ਼ ਦੀ ਵੀ ਹਨਾ ਵੀ ਲੋਕ ਨੈਗੇਟਿਵ ਬੋਲਦੇ ਆ, ਮੈਂ ਤਾਂ ਸਟਾਰਟ ਹੀ ਨੈਗੇਟਿਵਿਟੀ ਤੋਂ ਹੋਇਆ ਸੀਗਾ, ਮੈਂ ਤਾਂ ਪਿੰਡ ਸਾਰਾ ਪਿੰਡ ਵੀ ਗਾਲਾਂ ਕੱਢਦਾ ਸੀਗਾ, ਘਰਦੇ ਵੀ ਗਾਲਾਂ ਕੱਢਦੇ ਸੀਗੇ ਵੀ ਹਾਂ ਕੋਈ ਕੰਮ ਨੀ ਕਰਦਾ, ਵਿਹਲਾ ਪਿਆ ਰਹਿੰਦਾ, ਐ ਕਰਦਾ। ਬਟ ਹੁਣ ਉਹੀ ਸਾਰੇ ਲੋਕ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ, ਸਾਰੇ ਸਾਰੇ ਲੋਕ ਹਨਾ ਜਿਨ੍ਹਾਂ ਨੇ ਬੋਲਿਆ ਵੀ ਹੋਇਆ ਸੀ, ਈਵਨ ਕਿ ਮੇਰੇ ਘਰ ਦੇ ਵੀ ਮੈਨੂੰ ਗਾਲਾਂ ਕੱਢਦੇ ਸੀ, ਇੰਨਾ ਪਿਆਰ ਕਰਦੇ ਆ, ਇੰਨਾ ਲਾਇਕ ਸਮਝਦੇ, ਇੰਨਾ ਲਾਇਕ ਸਮਝਦੇ ਆ, ਨਾਟ ਈਵਨ ਕਿ ਮੈਂ ਮੈਨੂੰ ਪੁੱਛਦੇ ਆ ਵੀ ਤੂੰ ਕੀ ਕੀਤਾ ਇਹੋ ਜਿਹਾ ਵੀ ਇੰਨਾ ਸਿਆਣਾ ਬਣ ਗਿਆ ਸਾਡਾ ਮੁੰਡਾ। ਹਾਂ ਸੀਰੀਅਸਲੀ ਵੀ ਮੈਂ ਆਪਣੇ ਘਰਦਿਆਂ ਦੀ ਇੰਨੀ ਰਿਸਪੈਕਟ ਕਰਦਾ, ਆਪਣੇ ਘਰਦਿਆਂ ਦਾ ਇੰਨਾ ਪਿਆਰ ਕਰਦਾ, ਉਹਨਾਂ ਨੂੰ ਟਾਈਮ ਦਿੰਦਾ। ਬਾਹਰਲੀ ਕੰਟਰੀ ਚ ਆ ਕੇ ਸਾਲ ਬਾਅਦ ਹੀ ਸਮਝ ਗਿਆ ਸੀਗਾ, ਸਾਲ ਵੀ ਨਹੀਂ 6 ਮਹੀਨਿਆਂ ਬਾਅਦ ਹੀ ਸਮਝ ਗਿਆ ਸੀ। ਜਦੋਂ ਤੁਸੀਂ ਕਿਸ ਚੀਜ਼ ਤੋਂ ਦੂਰ ਹੁੰਦੇ ਹੋ ਤਾਂ ਤੁਹਾਨੂੰ ਉਹਦੀ ਅਹਿਮੀਅਤ ਦਾ ਪਤਾ ਲੱਗਦਾ। ਹਾਂ, ਮਾਪਿਆਂ ਦੀ ਅਹਿਮੀਅਤ ਸਮਝ ਗਿਆ ਸੀ, ਮੈਂ ਐਵੇਂ ਨਹੀਂ ਸੀ ਕਿ ਮੈਂ ਉਹਨਾਂ ਨੂੰ ਕਦੇ ਕੁਝ ਗਲਤ ਬੋਲਿਆ ਸੀ ਜਾਂ ਪੁੱਠਾ ਬੋਲਿਆ ਸੀ, ਬਸ ਐਵੇਂ ਸੀਗਾ ਮੈਂ ਉਹਨਾਂ ਦੀ ਗੱਲ ਨਹੀਂ ਮੰਨਦਾ ਸੀਗਾ, ਟੂ ਬੀ ਆਨੈਸਟ ਹਨਾ। ਗਲਤ ਗੱਲ ਹੈ, ਸਾਰਿਆਂ ਨੂੰ ਮੰਨਣਾ ਚਾਹੀਦਾ। ਕਿਰਤ ਦੀ ਵੀ ਨਹੀਂ, ਕਿਰਤ ਨਾਲ ਵੀ ਮੇਰੀ ਬਹੁਤ ਲੜਾਈ ਹੁੰਦੀ ਹੁੰਦੀ ਸੀ ਜਦੋਂ ਮੈਂ ਇੰਡੀਆ ਸੀ, ਬਹੁਤ ਜ਼ਿਆਦਾ ਬਹੁਤ ਜਿੱਦੀ, ਮਤਲਬ ਤੁਸੀਂ ਤਾਂ ਇਨਸਾਨ ਰਹੇ ਹੀ ਨਹੀਂ ਹੁਣ, ਲਾਈਕ ਟੋਟਲੀ ਓਪੋਜ਼ਿਟ, ਮਤਲਬ ਸਾਰਿਆਂ ਦੇ ਲੜਾਈਆਂ ਝਗੜਿਆਂ ਚ ਰਹਿਣਾ, ਕਦੇ ਉਹਦਾ ਕਰਤਾ ਕੁਛ ਕਦੇ ਉਹਦਾ ਕਰਤਾ ਕੁਛ, ਬਟ ਹਾਂ ਯੂਆਰ ਟੋਟਲੀ ਡਿਫਰੈਂਟ ਮੈਨ। ਇਹ ਵੀ ਗੱਲ ਸਹੀ ਆ, ਸਿਆਣਾ ਦੀ ਕਹਿੰਦੇ ਉਮਰ ਨਾਲੇ ਅਕਲ ਆਉਂਦੀ ਆ। ਇਹਦੇ ਚ ਬਹੁਤ ਜ਼ਿਆਦਾ ਗੁੱਸਾ ਸੀ, ਤੇ ਹੁਣ ਜਿਹੜਾ ਪੇਸ਼ੈਂਸ ਮੈਂ ਇਹਦੇ ਚ ਦੇਖਦੀ ਆ ਨਾ, ਹੁਣ ਬਹੁਤ ਪੇਸ਼ੈਂਸ ਆ। ਕੀ ਗੱਲ ਹੋਰ ਦੱਸੋ, ਵਾਹਿਗੁਰੂ ਜੀ ਦਾ ਲੜ ਲੱਗੇ ਹੋ ਨਾ ਜਦੋਂ ਤੁਸੀਂ। ਸੋ ਗਾਇਸ, ਮੈਂ ਚੇਂਜ, ਸਾਰੇ ਕਹਿੰਦੇ ਆ ਵੀ ਕਿਵੇਂ ਚੇਂਜ ਹੋਇਆ, ਮੈਨੂੰ ਸੀਰੀਅਸਲੀ ਮੈਂ ਗੁਰੂ ਗ੍ਰੰਥ ਸਾਹਿਬ ਪੜ੍ਹ ਪੜ੍ਹ ਕੇ ਚੇਂਜ ਹੋਇਆ, ਮੈਨੂੰ ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਕੋਈ ਚੀਜ਼ ਨਹੀਂ ਲੱਗਦੀ। ਜਿੰਨੇ ਵਧੀਆ ਤਰੀਕੇ ਗੁਰੂ ਗ੍ਰੰਥ ਸਾਹਿਬ ਚ ਲਿਖੇ ਹੋਏ ਨਾ, ਜ਼ਿੰਦਗੀ ਜਿਉਣ ਤੇ ਕੋਈ ਨਾ ਦੱਸ ਸਕਦਾ, ਗੁੱਸਾ ਉਹਨੂੰ ਹਟ ਜਾਂਦਾ, ਗੁੱਸਾ ਉਹਨੂੰ ਹਟ ਜਾਂਦਾ। ਡੈਫ ਇਹ ਕਿੰਨੇ ਦੀ ਆ? ਇਹ ਹੈਗੇ $1.5 lakh ਦੀ। $1.5 lakh ਦੀ? ਹਾਂ, $1.5 lakh। ਇੰਡੀਆ ਚ ਤਾਂ ਬਾਲੀ ਮਹਿੰਗੀ ਆ, ਇੰਡੀਆ ਚ 2-3 crore ਦੀ ਹੋਣੀ ਇਹ। ਹਾਂ, 2-3 crore? ਹਾਂ, ਹੋਰ ਨਹੀਂ ਕੁਛ, ਸੀਰੀਅਸਲੀ ਚੈੱਕ ਕਰੀ, ਇੰਡੀਆ ਚ ਤਾਂ ਬਾਲੀ ਮਹਿੰਗੀ ਆ ਇਹ। ਘਰ ਰਹਿਣ ਦੀ ਗੱਡੀ ਲੈ ਲੈਂਦੇ, ਗੱਡੀ ਕਹਿੰਦੇ ਆ ਬੰਬੀ ਹੈ, ਐਵਰੇਜ 10 ਦੀ ਹੈ ਜੀ। ਤੇ ਪਰਾਡੋ ਆ ਜੀ, ਪਰਾਡੋ ਮੈਨੇ ਪਹਿਲਾਂ ਚਲਾਈ ਹੋਈ ਆ, ਸੋ ਇਹਦੀ ਆਪਾਂ ਟੈਸਟ ਡਰਾਈਵ ਨਹੀਂ ਲਵਾਂਗੇ ਕਿਉਂਕਿ ਮੈਨੂੰ ਇਹ ਪਰਸਨਲੀ ਨਹੀਂ ਵਧੀਆ ਲੱਗਦੀ, ਬਾਕੀ ਆਪਦੀ ਆਪਦੀ ਪਸੰਦ ਆ ਸਾਰਿਆਂ ਦੀ। ਬਟ ਇਹਦੀ ਸ਼ੇਪ ਹੁਣ ਸੋਹਣੀ ਬਣਾਤੀ, ਫਰੰਟ ਤੋਂ ਆਪਾਂ ਉੱਪਰ ਬੋਨਟੇ ਆ ਨਾ ਵਧੀਆ ਬਣਾਤਾ, ਸ਼ੇਪ ਸੋਹਣੀ ਬਣਾਤੀ। ਇੱਧਰ ਖੜੀ ਆ ਫੋਰਚੂਨਰ, ਇਹਦੀ ਵੀ ਆਪਾਂ ਟੈਸਟ ਡਰਾਈਵ ਲਵਾਂਗੇ ਫੋਰਚੂਨਰ ਦੀ, ਪਰ ਮੈਨੂੰ ਲੱਗਦਾ ਆਪਾਂ ਨੂੰ ਫੋਰਚੂਨਰ ਨਹੀਂ ਪਸੰਦ ਆਉਣੀ। ਆਹ ਕਲੂਗਰ, ਪਹਿਲਾਂ ਵਾਲੀ ਦੀ ਸ਼ੇਪ ਬਾਹਲੀ ਸਿਰਾ ਸੀਗੀ। ਹਾਂ,
ਇਹਦਾ ਬਰੰਟ ਤਾਂ ਵਧੀਆ ਬਣਾਤਾ ਪਰ ਜਿਹੜਾ ਫੇਸ ਜਿਹੜਾ ਫੇਸ ਕੱਟ ਆ ਨਾ ਉਹ ਖਰਾਬ ਕਰਤਾ ਇਹਦਾ ਜੇ ਆਪਾਂ ਕਲੂਗਰ ਲਵਾਂਗੇ ਤਾਂ ਹਾਈਬ੍ਰਿਡ ਲਵਾਂਗੇ ਲੈਂਡ ਕਰੂਜ਼ਰ ਇਹਦੇ ਪਿੱਛੇ ਵੀ ਸਕਰੀਨ ਐਂਜ गेयर औखा चेंज कर देस लैके ਗੱਡੀ ਸਰਾ ਹੈ ਉੱਚੀ ਐਨ ਪੂਰੀ ਲਵਾਤਾ ਉਹੀ ਥੋੜੀ ਲੋਕ ਐਨੇ ਨੇ ਪਹਿਲਾ ਫਿਲਰ ਗੱਡੀ ਹੈ ਉਹਦੇ ਵਾਇਰਲੈਸ ਚਾਰਜਰ ਆ ਇਹ ਮੈਨੂੰ ਡਿੱਟੋ ਟਰੱਕ ਲੱਗਦਾ ਡਿੱਟੋ ਜਿਵੇਂ ਟਰੱਕ ਵੀ ਹੈ ਨਾ ਰੇਸ ਦੀ ਲੈਂਦਾ ਹੁੰਦਾ ਪੂਰੀ ਗੇਅਰ ਚੇਂਜ ਕਰਨ ਵੇਲੇ ਇਹਦੀ ਪੈਨੋਰਾਮਿਕ ਨਹੀਂ ਹੈਗੀ ਇਹਦੀ ਸਨਰੂਫ ਆ ਜਿਹੜੇ ਕੰਸਟਰਕਸ਼ਨ ਵਗੈਰਾ ਕਰਦੇ ਨੇ ਉਹਨਾਂ ਲਈ ਤਾਂ ਸਹੀ ਹੈ ਇਹ ਗੱਡੀ ਉਹੀ ਜ਼ਿਆਦਾ ਬਾਏ ਕਰਦੇ ਨੇ ਇਹ ਮੈਨੂੰ ਇਹਨੇ ਮੈਨੂੰ ਇਹ ਰეკਮੈਂਡ ਨਹੀਂ ਕੀਤਾ ਵੈਸੇ ਮੈਂ ਇਹਨੂੰ ਕਲੂਗਰ ਕੀਤੀ ਆ ਹਾਂ ਇਹਨੇ ਮੈਨੂੰ ਕਲੂਗਰ ਰეკਮੈਂਡ ਕੀਤੀ ਆ ਕਹਿੰਦੇ ਤੁਸੀਂ ਕਲੂਗਰ ਲਓ ਇਹ ਤੇ ਨਾ ਜਾਓ ਨਹੀਂ ਲੱਗ ਰਿਹਾ ਜੋ ਬੱਸ 'ਚ ਬੈਠੇ ਆ ਮੈਨੂੰ ਵੀ ਝੂਟੇ ਹੋ ਯਾਰ ਨੇ ਝੂਟੇ ਲੱਗਦੇ ਨੇ ਨਾ ਚਲਾਉਣੇ ਕਿਨੂੰ ਨਾ 2000 ਕੱਟਾਂਗੇ ਕਹਿੰਦੇ ਜੇ ਮਾੜਾ ਜਿਹਾ ਵੀ ਕੁਝ ਹੋ ਗਿਆ ਮੈਂ ਰਹਿ ਨਹੀਂ ਦਿੰਨੀ ਆ लख लख डालर तक महंगी बिकी जाती है जिन्होंने मिल नहीं रही लोगों को पता नहीं लोगों को क्रेज होता एट सिलेंडर का भी एड होना एजेंसीज ने लैंड रोवर वॉल्वो हुंडई उधर बीएमडब्ल्यू आ सुबारू किया हुंडई सारे ने हियर इज द रिवर्स कैमरा ओही 360 ਜਿੰਨੀ ਹੈ ਮਹਿੰਗੀ ਉਨਾ ਹੀ ਇਹਦਾ ਖਰਚਾ ਇਹਦਾ ਤਾਂ ਫਿਰ ਵੀ ਘੱਟ ਖਰਚਾ 8 ਸਿਲੰਡਰ ਦਾ ਬੜਾ ਖਰਚਾ ਬਾਬੇ ਉਹ ਤਾਂ 7-8 ਦੀ ਐਵਰੇਜ ਦਿੰਦੀ ਆ ਹੁਣ ਸਪੈਸ਼ਲੀ ਟੈਸਲਾ ਯੂਜ਼ ਕਰਨ ਤੋਂ ਬਾਅਦ ਸਾਨੂੰ ਇਹਨਾਂ ਚੀਜ਼ਾਂ ਦਾ ਡਰ ਲੱਗਦਾ ਪਰਸਨਲੀ ਨਹੀਂ ਟੈਸਲਾ ਤਾਂ ਕੋਈ ਹੈ ਹੀ ਨਹੀਂ ਖਰਚਾ ਤਾਂ ਇਹਦਾ ਵੀ ਜਿਵੇਂ ਆਪਾਂ ਬਸ ਫ੍ਰੀ ਚ ਫ੍ਰੀ ਚ ਗੱਡੀ ਚਲਾ ਰਹੇ ਨੇ ਸੀਰੀਅਸਲੀ ਬਸ ਇੱਕ ਵਾਰੀ 80000 ਲਾਇਆ ਐ ਲਾਦਾ ਉਹਨੇ ਸਾਈਕਲ ਚਲਾਉਣੇ ਉਹਨੇ ਆਹੋ ਇੱਕ ਵਾਰ $80000 ਲੱਗਿਆ ਬਸ ਦੈਟਸ ਇਟ ਫੋਰਚੂਨਰ ਦੀ ਰਾਈਡ ਐਂਡ ਚੱਲਿਆ ਹੁਣ बहुत जोर लेंदी है गड्डी लैंड क्रूजर ऑब्वियसली प्राइस ਦਾ ਕਿੰਨਾ ਫਰਕ ਆ ਆਬਵੀਅਸਲੀ ਫਰਕ ਤਾਂ ਲੱਗੂਗਾ ਹੀ ਉਹ ਵੀ ਭੈੜਾ ਮੈਨੂੰ ਕਹਿੰਦਾ ਪਹਿਲਾਂ ਲੈਂਡ ਕਰੂਜ਼ਰ ਟੈਸਟ ਕਰਕੇ ਨਾ ਫਿਰ ਦੂਸਰੀ ਟੈਸਟ ਕਰੀ ਉਹਨੂੰ ਪਤਾ ਸੀਗਾ ਵੀ ਇਹਨੂੰ ਫਿਰ ਦੂਜੀ ਨਹੀਂ ਪਸੰਦ ਆਉਣੀ ਮਾਰਕੀਟਿੰਗ ਕਰਨ ਦਾ ਤਰੀਕਾ ਹੁੰਦਾ ਤੇ ਬਹੁਤ ਵਧੀਆ ਤਰੀਕਾ ਆਈ ਅਪਰੀਸ਼ੀਏਟ ਦੈਟ ਵਨ ਹਣਾ ਵੀ ਪਹਿਲਾਂ ਵਧੀਆ ਗੱਡੀ ਦਿਖਾਈ ਆ ਫਿਰ ਉਸ ਤੋਂ ਬਾਅਦ ਬੰਦਾ ਨਾ ਆਪਦਾ ਹੌਲੀ ਹੌਲੀ ਬਜਟ ਆਪ ਹੀ ਅਪ ਕਰ ਲੈਂਦਾ ਵੀ ਨਹੀਂ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਕਹਿ ਕੇ ਇਹ ਵੀ ਕਾ ਝੂਟੇ ਜੇ ਤਾਂ ਮਾਰਦੀ ਆ ਸੋ ਗਾਇਸ ਵੈਸੇ ਤਾਂ ਸਾਨੂੰ ਉਹਨੇ ਵੀ ਦੱਸਿਆ ਸੀਗਾ ਬਟ ਅਸੀਂ ਯਕੀਨ ਨਹੀਂ ਕੀਤਾ ਸੀ ਉਹ ਕਹਿੰਦਾ ਤੁਸੀਂ ਇਹ ਨਾਮ ਦੇਖੋ ਫੋਰਚੂਨਰ ਕਹਿੰਦਾ ਇਹ ਝੂਟੇ ਮਾਰਦੀ ਹੈ ਗੱਡੀਆਂ ਹਿੱਲਦੀ ਆ ਤੁਸ ਤਾਂ ਆਲਰੇਡੀ ਚਲਾਈ ਵੀ ਹੋਈ ਆ ਜਸਵੀਰ ਦੀ ਹਾਂ ਜਿਸ ਕੋਲ ਤਾਂ ਫਿਰ ਬਹੁਤ ਪੁਰਾਣਾ ਮਾਡਲ ਆ ਨਾ ਫਿਰ ਪਤਾ ਨਹੀਂ ਨਾ ਲੱਗਦਾ ਹੁਣ ਮੈਨੂੰ ਲੱਗਿਆ ਸੀ ਵੀ ਲੇਟੈਸਟ ਮਾਡਲ ਚ ਕੁਝ ਵਧੀਆ ਹੋਣਾ ਪਰ ਨਹੀਂ ਐਡੀ ਕੋਈ ਗੱਲਬਾਤ ਨਹੀਂ ਹੋਈ ਲਓ ਜੀ ਗਾਇਸ ਹੁਣ ਆ ਗਈ ਕਲੂਗਰ ਹੁਣ ਇਹਦੀ ਟੈਸਟ ਡਰਾਈਵ ਲਵਾਂਗੇ ਆਪਾਂ ਇਹ ਹਾਈਬ੍ਰਿਡ ਆ ਲਓ ਜੀ ਆ ਦੇਖਿਓ ਅੱਗੇ ਉਹ ਕਿੰਨਾ ਉੱਚਾ ਜਿਹਾ ਹੈ ਬਾਲਾ ਹੀ ਉੱਚਾ ਕਰਤਾ ਇਹਨਾਂ ਨੇ ਉਦਾਂ ਐਵੇਂ ਹਿਲਦੀ ਹਿਲਦੀ ਨਹੀਂ ਹੈਗੀ ਬਾਕੀ ਸਮੂਥ ਆ ਹਮਸਟੇ ਬਾਕੀ ਇਹ ਤਾਂ ਹੈ ਹੀ ਖੁੱਲੀ ਡੁੱਲੀ ਇਹ ਤਾਂ ਸਾਨੂੰ ਪਤਾ ਹੀ ਆ ਰੇਂਜ ਰੋਵਰ ਵਾਲਿਆਂ ਭਾਈਆਂ ਕੋਲ ਵੀ ਜਾਏਗੀ ਇਹ 360 ਕੈਮਰਾ ਨਹੀਂ ਹੈਗਾ ਇਹ ਤਾਂ ਹੈ ਹੀ ਖੁੱਲੀ ਡੁੱਲੀ ਕੰਫਰਟੇਬਲ ਆ ਇਹ ਤੇ ਤਾਂ ਹੰਪ ਇਹਨਾਂ ਨੇ ਹਲਕਾ ਜਿਹਾ ਦਿੱਤਾ ਪਹਿਲਾਂ ਦਾ ਮਾਡਲ ਸੀ ਉਹ ਬਿਲਕੁਲ ਫਲੈਟ ਸੀ ਪਿੱਛੇ ਨੇ ਇਨਫ ਸਪੇਸ ਆ ਬਹੁਤ ਜ਼ਿਆਦਾ ਜਗ੍ਹਾ ਪਿੱਛੇ ਬਹੁਤ ਜਗ੍ਹਾ ਇੰਨੀ ਕਿਸੇ ਗੱਡੀ ਚ ਜਗ੍ਹਾ ਨਹੀਂ ਹੈ ਪਿੱਛੇ ਹਨਾ ਸੀਟਾਂ ਤੇ ਬਹਿ ਕੇ ਆਰਾਮ ਤੇ ਫੇਰ ਵੀ ਪਿੱਛੇ ਤੁਸੀਂ ਸਮਾਨ ਰੱਖ ਸਕਦੇ ਆ ਆਪਾਂ
ਰਾਈਟ ਇਹਦੀ ਐਵਰੇਜ ਹੈਗੀ 18 ਦੀ ਕਿਉਂਕਿ ਇਹ ਹਾਈਬ੍ਰਿਡ ਗੱਡੀ ਆ ਉਦਾਂ ਕਲੂਗਰ ਆ ਉਹਦੀ 11 ਦੀ ਆ ਇਹਦੀ 18 ਦੀ ਆ 7 ਦੀ ਐਵਰੇਜ ਵੱਧ ਮਿਲਦੀ ਆ ਸੀ ਰੇਟ ਪਤਾ ਕਰਕੇ ਆਏ ਆ ਕਲੂਗਰ ਦਾ ਹੈਗਾ ਆ $88,000 ਤੇ ਜਿਹੜਾ ਦਾ ਫਾਰਚੂਨਰ ਦਾ ਹੈਗਾ ਆ $73,000 ਹਾਂਜੀ ਸੋ ਅਸਤਾ ਸੰਤਾ ਲੈਂਡ ਕਰੂਜ਼ਰ ਇਹ ਪਸੰਦ ਆਈ ਉਹਦਾ ਹੈਗਾ 150K ਹੋਰ ਕਾਰ ਸਟ੍ਰਾਈਕ ਕਰਕੇ ਹੋਪਫੁਲੀ सर्विस कॉस्ट बहुत ज्यादा खर्चा बहुत ज्यादा जे कुछ कोई पार्ट पैन बहुत ज्यादा एक्सपेंसिव आ कहिंदा वी उहनां दा सारा कुछ बहुत हाई आ सिर्फ 7 सीटर टेस्ट ड्राइव करनी ने गड्डिया रेंज रोवर आउंदी नहीं हैगी कहिंदी 7 सीटर च बट कहिंदी चलो कोई गल नहीं टेस्ट ड्राइव कर लो ये भी पैनोरामिक रूफ है दी चलू के मर जानी है ग्लव बॉक्स खोलना बटन ने नीचे खुल गया उपर आला खुल गया है सो ए दो ग्लव बॉक्स ने पूरी ब्लैक मैनूं तां डिफेंडर वाली सिरा लगी पिछे पैरां लई वी बेंट्स ने ए 7 सीटर नहीं 8 सीटर है किन्नू 8 हां देख मैं लुक वाइज भी इन सिरा लगी ए सीट सैटिंग इधरले पासे भी एंड पैनोरामिक सनरूफ काफी जगह है नाइस इंटीरियर गेयर बड़े कंफर्टेबल चेंज करती है बड़ियां गड्डियां मैं नहीं देखी कोई गड्डी इतनी कंफर्टेबली गेयर चेंज करती हुई बड़े कंफर्टेबली गेयर चेंज करती है मैं तो आप कह रही हूं भी बैठने को भी बहुत कंफर्टेबल है ਤੇ ਨਾਲ 8 ਸੀਟਰ ਐਦਾਂ ਹੋ ਗਿਆ ਸੀ ਲੈਂਡ ਕਰੂਜ਼ਰ ਬੈਸਟ ਗੱਡੀ ਹੈ ਵੀ ਇਸ ਤੋਂ ਉੱਤੇ ਕੁਝ ਨਹੀਂ ਹੁਣ ਸਾਨੂੰ ਐ ਲੱਗਦਾ ਵੀ ਨੋਇਸ ਬਹੁਤ ਜ਼ਿਆਦਾ ਸੀਗੀ ਮੈਂ ਡਿਫੈਂਡਰ ਦੀ ਵੇਟਿੰਗ ਹੈਗੀ 8 ਤੋਂ 10 ਮਹੀਨੇ ਜਿਵੇਂ ਗੱਡੀਆਂ ਨੇ ਨਾ ਡਿਫੈਂਡਰ ਰੇਂਜ ਰੋਵਰ ਇਹ ਤੁਸੀਂ ਲੈ ਲੈਣੇ ਹੋ ਨਵੀਂ ਉਸ ਤੋਂ ਬਾਅਦ ਰੇਟ ਇੰਨਾ ਘਟ ਜਾਂਦਾ ਨਾ ਇਹਦਾ ਜਿਵੇਂ ਉਹ ਆ ਲੈਂਡ ਕਰੂਜ਼ਰ ਆ ਉਹਦੀ ਮਾਰਕੀਟ ਵੈਲਿਊ ਬਹੁਤ ਜ਼ਿਆਦਾ ਆ ਮੈਨੂੰ ਇਹ ਜ਼ਿਆਦਾ ਬੈਟਰ ਲੱਗੀ ਵਧੀਆ ਲੱਗੀ 5 ਸਾਲ ਦੀ ਸਰਵਿਸ ਪਲਾਨ ਦਿੰਦੇ ਆ $2,800 ਚ ਹਰੇਕ 35,000 ਕਿਲੋਮੀਟਰ ਤੋਂ ਬਾਅਦ ਸਰਵਿਸ ਹੁੰਦੀ ਆ ਨਾਰਮਲੀ ਗੱਡੀਆਂ 10,000 ਕਿਲੋਮੀਟਰ ਤੋਂ ਬਾਅਦ ਹੁੰਦੀ ਆ ਇਹ ਜਿਆਦਾ ਮੈਨੂੰ ਜੰਮ ਕੇ ਚੱਲਦੀ ਲੱਗੀ ਕੋਈ ਖੜਕਾ ਨਹੀਂ ਸੀਗਾ ਸਮੂਥ ਸੀਗੀ ਸਮੂਥ ਸੀ ਰਿਲੈਕਸਿੰਗ ਸੀ ਰਿਲੈਕਸਿੰਗ ਸੀ ਕੰਫਰਟੇਬਲ ਸੀ ਪਿਛਲੀਆਂ ਸੀਟਸ ਕੰਫਰਟੇਬਲ ਸੀਗੀਆਂ 8 ਸੀਟਰ ਸੀ 8 ਸੀਟਰ ਸੀਗੀ ਖਾਲੀ ਹੋ ਗਈ ਪੋਤਲੀ ਪੋਤਲੀ ਭਰ ਕੇ ਲੈ $27 ਹੋ ਗਏ ਵੇ ਰਸਤੇ ਸਾਨੂੰ ਸ਼ਾਪ ਖੁੱਲੀਆਂ ਮਿਲ ਗਈਆਂ
ਹੁਣ ਅਸੀਂ ਬੂਟ ਦੇਖ ਰਹੇ ਹਾਂ ਸਾਈਜ਼ ਤੇਰਾ ਹੀ ਹੈ 9 ਨੰਬਰ ਤੇਰਾ ਹੀ ਆ ਕੰਫਰਟੇਬਲ ਆ ਹਾਂ ਲੈ ਲੈ